ਦੇਖੋ ਮੈਂ ਅਕਾਲ ਜੋਤ ਆ ਜੀ, ਮੇਰਾ ਨਾਂ ਬਦਲ ਕੇ ਬਾਅਦ ਚ ਵਿਕਰਮਜੀਤ ਰੱਖਤਾ ਸੀ। ਮੇਰੀ ਮਾਂ ਨੇ ਮੇਰੇ ਨਾਲ ਇੰਨਾ ਧੱਕਾ ਹੋ ਰਿਹਾ। ਪਹਿਲਾਂ ਯਸ਼ ਨੇ ਜਿਹੜਾ ਵਕੀਲ ਅੱਜ ਵੀਡੀਓਆਂ ਪਾ ਰਿਹਾ ਵੀ ਮੇਰਾ ਸੋਨਾ ਲੈ ਗਿਆ, ਮੈਂ ਕੋਈ ਸੋਨਾ ਨਹੀਂ ਲਿੱਤਾ, ਵੀਡੀਓਆਂ ਮੇਰੇ ਕੋਲੇ ਨੇ, ਇਹਦੇ ਕੋਈ ਸੋਨਾ ਨਹੀਂ ਪਾਇਆ ਹੋਇਆ ਸੀਗਾ, ਘਰੇ ਜਾ ਰਿਹਾ ਸੀਗਾ। ਮੈਂ ਤਾਂ ਸਿਰਫ ਇਹਨੂੰ ਪੁੱਛਿਆ ਸੀ ਮੇਰੀ ਗੱਡੀ ਦੇ ਦੇ ਵੀਰੇ, ਤੈਨੂੰ ਕਿਹਾ ਸੀ ਜਿਹੜੇ ਤੇਰੇ ਪੈਸੇ ਬਣਦੇ ਨੇ ਲੈ ਲੈ। ਮੈਂ 40,000 ਰੁਪਏ ਲਿੱਤਾ ਸੀ, ਮੇਰੀ 11.5-11.5 ਲੱਖ ਦੀ ਗੱਡੀ ਰੱਖੀ ਬੈਠਾ, 1.5 ਲੱਖ ਬਣਾਈ ਬੈਠਾ ਸੀ, ਮੈਂ 1.5 ਲੱਖ ਵੀ ਦੇਣ ਨੂੰ ਤਿਆਰ ਸੀ। ਫਿਰ ਮੇਰੇ ਵੀਰੇ ਗਏ, ਮੇਰੀ ਮਾਂ ਮਰ ਗਈ, ਉਹ ਤੋਂ ਬਾਅਦ ਤਾਂ ਮੈਨੂੰ ਸਹਾਰਾ ਹੀ ਨਹੀਂ ਸੀ ਕੋਈ। ਮੇਰੇ ਮਾਮਾ ਜੀ ਨੇ ਸਹਾਰਾ ਬਣਿਆ, ਮੇਰੇ ਮਾਮਾ ਜੀ ਨੂੰ ਵੀ ਝੂਠਾ ਆਖਦਾ ਹੈ, ਚੋਰ ਆਖਦਾ, ਗਾਲਾਂ ਕੱਢਦਾ ਮਾਮਾ ਭੈਣਾਂ ਦੀਆਂ। ਮੈਂ ਕਿੱਥੇ ਜਾਂਦਾ ਦੱਸੋ, ਮੈਂ ਇਸ ਪਿੰਡ ਵਾਲਿਆਂ ਕੋਲ ਗਿਆ, ਉਹਨਾਂ ਨੇ ਵੀ ਮੇਰਾ ਸਾਥ ਦਿੱਤਾ, ਕਹਿੰਦੇ ਮੇਰਾ ਛੋਟਾ ਭਰਾ ਹੈ, ਉਹਨੇ ਸੱਚਾਈ, ਕਹਿੰਦੇ ਅਸੀਂ ਸੱਚਾਈ ਦਾ ਰਾਹ ਦੱਸਾਂਗੇ। ਪਹਿਲਾਂ ਉਹ ਪਿਆਰ ਨਾਲ ਗਏ ਸਾਰੀ ਗੱਲ ਪੁੱਛਣ ਮੋਹਨ ਲਾਲ ਜੀ ਕੋਲੇ, ਮੋਹਨ ਲਾਲ ਜੀ ਨੇ ਗਾਲਾਂ ਕੱਢੀਆਂ ਮੇਰੇ ਮਾਮੇ ਨੂੰ, ਮੇਰੀ ਮਾਮੀ ਨੂੰ ਕੌਣ ਸੁਣ ਲੂਗਾ ਵੀਰੇ, ਮੇਰੀ ਮਾਮੀ ਮੇਰੀ ਮਾਂ ਸਮਾਨ ਹੈ, ਮੇਰੇ ਮਾਮਾ ਜੀ ਨੂੰ ਪਾਪਾ ਕਹਿੰਦਾ, ਠੀਕ ਹੈ। ਉਸ ਤੋਂ ਬਾਅਦ ਮੇਰਾ ਇੰਨਾ ਧੱਕਾ ਹੋਇਆ, ਮੈਨੂੰ ਕਹਿੰਦੇ ਦੁਕਾਨ ਚੋਂ ਬਾਹਰ ਨਿਕਲ ਜਾ, ਮੇਰਾ ਸੋਨਾ ਸਾਰਾ ਰੱਖ ਲਿਆ, 23-24 ਤੋਲੇ ਸੋਨਾ ਸੀਗਾ, ਸਾਰਾ ਰੱਖ ਲਿਆ। ਜਦੋਂ ਅੱਜ ਗੱਡੀ ਕੋਲ ਤੁਸੀਂ ਇਹਨੂੰ ਗਏ ਇਹਦੇ ਕੋਲ ਪੁੱਛਣ, ਤੇ ਇਹਨੇ ਕੋਈ ਗਾਲਾਂ ਕੱਢੀਆਂ, ਕੀ ਗੱਲ ਹੋਈ ਵੀਰ ਜੀ? ਅਸੀਂ ਸਿਰਫ ਗੱਲ ਕਰਨ ਗਏ ਸੀਗੇ ਵੀ ਤੇਰੇ ਪਾਪਾ ਨੇ ਕੋਈ ਰਾਹ ਨੀ ਪਾਇਆ, ਕਹਿੰਦਾ ਇਹਨੇ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਤੇ ਤੁਸੀਂ ਛੱਡੋ ਪਰੇ, ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਇਹਨੇ ਮੈਨੂੰ, ਮੈਂ ਚਾਹੁੰਦਾ ਮੇਰੀ ਮਾਮਾ ਭੈਣਾਂ ਵੀ ਦੇਖਣ ਸਾਰੇ, ਤਾਂ ਕਰਕੇ ਮੈਂ ਗਾਲਾਂ ਨੀ ਸੁਣਾ ਸਕਦਾ। ਫਿਰ ਇਹਦੀ ਵਾਈਫ ਆ ਗਈ, ਉਹ ਕਹਿੰਦੀ ਛੱਡ ਦੋ, ਅਸੀਂ ਕਿਹਾ ਵੀ ਤੁਸੀਂ ਸਾਡੀ ਭੈਣ ਹੋ, ਸਾਡਾ ਹੱਕ ਦਵਾ ਦੋ। ਪਹਿਲਾਂ ਵੀ ਵੀਰਾ ਕਹਿ ਰਿਹਾ ਸੀਗਾ ਗੱਡੀ ਤੇ ਤੇਰਾ ਕੇਸ ਚੱਲਦਾ ਪਹਿਲਾਂ, ਵੀਰੇ ਕੇਸ ਲਾਇਆ ਅਸੀਂ 420-509 ਦਾ। ਉਸ ਤੋਂ ਬਾਅਦ ਇਹਨੇ ਗਲਤ ਸਾਈਨ ਕਰਾ ਕੇ ਮੇਰੇ ਤੋਂ, ਪਹਿਲਾਂ ਦੇ ਸਾਈਨ ਕਰਾਏ ਹੋਏ ਸੀ, ਟੈਪ ਟੂਪ ਕਰਾ ਕੇ ਕਹਿੰਦਾ ਵੀ ਸਾਡੀ ਸੁਲਾਹ ਹੋ ਗਈ। ਅਸੀਂ ਹਾਈ ਕੋਰਟ ਚ ਮੇਰਾ ਮਾਮਾ ਜੀ ਲੈ ਕੇ ਗਏ, ਮੈਨੂੰ ਕਹਿੰਦੇ ਮੈਂ ਮੁੰਡੇ ਦਾ ਹੱਕ ਦਵਾਉਂਗਾ, ਤੇ ਉੱਥੇ ਵੀ ਇਹਨੇ ਮੈਨੂੰ ਝੂਠਾ ਪਾਤਾ। ਮੇਰਾ ਮੈਨੂੰ ਸਰਕਾਰ ਜਮਾਂ ਨਹੀਂ ਹੈਲਪ ਕਰ ਰਹੀ, ਉਲਟਾ ਮੇਰੇ ਤੇ ਹੀ ਚੋ। ਇੱਕ ਮਿੰਟ ਇਹ ਦੱਸ, ਉਹ ਚਿੱਟਾ ਪਿੰਦਾ ਵੀਰੇ? ਚਿੱਟੇ ਦਾ ਪੱਕਾ ਜੇ, ਉਹਦਾ ਡੋਪ ਟੈਸਟ ਕਰਾ ਲਓ। ਵੇਚਦਾ ਵੀ ਆ ਵੀਰੇ? ਵੇਚਣਾ ਮੈਨੂੰ ਪਤਾ ਨੀਗਾ, ਪਰ ਕਈ ਮੁੰਡੇ ਉਹ ਤੋਂ ਲੈ ਕੇ ਆਂਦੇ ਨੇ, ਕਈ ਮੁੰਡੇ ਲੈ ਕੇ ਆਂਦੇ ਨੇ, ਨਾਮ ਲੈਂਦਾ। ਮੈਂ ਨੀ ਕਦੇ ਲੈ ਕੇ ਆਇਆ ਉਹਦੇ ਤੋਂ, ਮੈਂ ਵੀ ਝੂਠ ਬੋਲਾ ਤੁਹਾਨੂੰ, ਤੇ ਉਹਦੇ ਤੋਂ ਮੇਰਾ ਇੰਨਾ ਬੁਰਾ ਹਾਲ ਇਸ ਟਾਈਮ। ਤੈਨੂੰ ਚਿੱਟੇ ਤੇ ਕਿਹਨੇ ਲਾਇਆ? ਚਿੱਟੇ ਤੇ ਨਹੀਂ ਲਾਇਆ, ਮੈਂ ਦਾਰੂ ਪੀਂਦਾ ਸੀਗਾ, ਸਾਰੀ ਦੁਨੀਆਂ ਨੂੰ ਪਤਾ ਦਾਰੂ ਪੀਂਦਾ ਸੀ। ਤੇਰੇ ਘਰੇ ਆਂਦਾ ਜਾਂਦਾ ਸੀ ਇਹ ਵੀਰੇ? ਮੇਰਾ 30 ਸਾਲ ਦੀ ਯਾਰੀ ਹੈ ਇਹਦੇ ਨਾਲ, ਬਚਪਨ ਦਾ ਦੋਸਤ ਆ ਸੀ, ਸਾਰੀਆਂ ਯੂਨੀਵਰਸਿਟੀ ਤੱਕ ਇਹਦੇ ਕੋਲ ਮਿਲੇ ਆ, ਗੱਡੀ ਇਹਦੇ ਕੋਲ ਖੜਾਉਂਦਾ ਸੀ ਮੈਂ। ਇਹ ਤੋਂ ਪਹਿਲਾਂ 15,000 ਰੁਪਇਆ ਲਿੱਤਾ, ਫਿਰ 25,000 ਕਹਿੰਦਾ ਮੈਂ ਆੜਤੀਏ ਤੋਂ ਲੈ ਕੇ ਦਿੰਦਾ, ਉਹਦੇ ਤੇ 29-30 ਫਾਰਮ ਤੇ ਸਾਈਨ ਕਰਾ ਲੇ। ਮੈਂ ਯਕੀਨ ਕਰਕੇ ਕਰਤੇ ਵੀ ਚੱਲ ਕੋਈ ਨਾ, ਮੇਰਾ ਭਾਈ ਹੈ, ਜੇ ਗੱਡੀ ਹਲੇ ਤੱਕ ਵੀ ਮੇਰੇ ਨਾਮ ਹੈ, ਗੱਡੀ ਤੇ ਲੋਨ ਵੀ ਚੱਲਦਾ, ਗੱਡੀ ਤੇ ਲੋਨ ਚੱਲਦਾ ਵੀਰੇ, ਲੋਨ ਇਹ ਕਿਵੇਂ ਭਰ ਦੂਗਾ? ਨਾ ਮੇਰੇ ਨਾਂ ਤੇ ਲੋਨ ਹੈ, ਮੈਂ ਕਿਸ਼ਤਾਂ ਰੋਕਤੀ ਆ, ਗੱਡੀ ਦੇ ਪੈਸੇ ਕਿੰਨੇ ਦਿੱਤੇ ਨੇ ਹਲੇ ਤੱਕ ਵੀਰੇ? ਮੈਨੂੰ ਹਲੇ ਤੱਕ 40,000 ਰੁਪਏ ਦਿੱਤਾ, ਬਾਕੀ ਥੋੜੇ ਬਹੁਤੇ ਮੈਂ ਦੇਖੋ ਲਿੰਦਾ ਵੀ ਰਿਹਾ ਖਰਚੇ ਵਾਸਤੇ, ਕਦੇ 1500 ਲੈ ਲਿਆ, ਕਦੇ 500 ਲੈ ਲਿਆ, ਕਦੇ ਆਈਡੀਆ ਕਿੰਨੇ ਪੈਸੇ ਲੈ ਲਏ ਵੀਰੇ? ਆਈਡੀਆ 50,00,000 ਰੁਪਇਆ ਲੈ ਲਿਆ ਹੋਣਾ, ਚਲੋ 1,00,000 ਮੰਨ ਲਓ, ਮੈਂ 1,00,000 ਵੀ ਦੇਣ ਨੂੰ ਤਿਆਰ। ਅਸੀਂ 1.5 ਲੱਖ ਦੇ ਘਰੇ ਲੈ ਕੇ ਗਏ ਸੀ, ਇਹਨਾਂ ਨੇ 50,000 ਰੁਪਇਆ ਰੱਖ ਲਿਆ, ਤੇ ਉਹ ਤੋਂ ਬਾਅਦ ਬਾਕੀ ਪੈਸੇ ਮੇਰੇ ਮਾਮੇ ਦੇ ਮੂੰਹ ਤੇ ਮਾਰੇ, ਨਾਲੇ ਮੇਰੇ ਮਾਮਾ ਜੀ ਦੀ ਬੇਇੱਜ਼ਤੀ ਕੀਤੀ। ਆਪਣੀ ਗੱਡੀ ਲੈ ਆਇਆ ਇਹਨਾਂ ਤੋਂ ਵੀਰੇ? ਮੈਂ ਆਪਣੀ ਗੱਡੀ ਲੈ ਕੇ ਆਣੀ ਸੀਗੀ, ਮੈਨੂੰ ਐ ਦੱਸੋ ਮੈਂ ਗਲਤ ਕੀ ਕੀਤਾ? ਗੱਡੀ ਦਾ ਨਾਸ ਮਾਰਤਾ, ਗੱਡੀ ਤੁਰਦੀ ਵੀ ਨੀ,
ਵੀਡੀਓ ਦੇਖ ਲਿਓ, ਮੈਂ ਵੀਡੀਓ ਬਣਵਾਈਆਂ ਨੇ, ਮੇਰੇ ਭਾਈ ਨਾਲ ਖੜਾ ਸੀਗਾ, ਓਹਨੇ ਵੀਡੀਓ ਬਣਾਈਆਂ ਨੇ, ਮੈਂ ਪਹਿਲਾਂ ਗਿਆ ਸੀ ਲੱਤ ਨਾ ਤੋੜੀ, ਇਹਨੇ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ, ਤੁਸੀਂ ਸੋਚ ਨੀ ਸਕਦੇ, ਮੈਂ ਕੱਢ ਨੀ ਸਕਦਾ, ਮਾਂ ਭੈਣਾਂ ਵੀ ਦੇਖਣ ਗਿਆ ਤੈਨੂੰ, ਤਾਂ ਕਰਕੇ ਇਹਨੂੰ ਜਬਰਦਸਤੀ ਤੋੜਨੀਆਂ ਪਈਆਂ। 4 ਦਿਨ ਪਹਿਲਾਂ ਜਦ ਇਹਦੀ ਦੁਕਾਨ ਤੇ ਗਏ ਤੈਨੂੰ ਧਮਕੀ ਦਿੱਤੀ ਸੀ ਇਹਦੇ ਬਾਰੇ? ਹਾਂ, ਇਹਦੇ ਪਾਪਾ ਨੇ ਮੈਨੂੰ ਧਮਕੀ ਦਿੱਤੀ ਸੀ, ਕਹਿੰਦੇ ਸੀ ਜੋ ਹੁੰਦਾ ਤੇਰੇ ਤੋਂ ਕਰ ਲੈ, ਕਹਿੰਦੇ ਅਸੀਂ ਨੀ ਨਿਬੇੜਦੇ, ਕਹਿੰਦਾ ਅੱਛਾ ਅਸੀਂ ਨੀ ਨਿਬੇੜਦੇ। ਚੱਲ ਅੱਛਾ, ਵਾਰਡਿੰਗ ਵੀਡੀਓ ਪਾਪਾ ਜੀ ਉਹਦੇ ਘਰ ਉਹਦੇ ਫੋਨ ਜੇ ਉਹ ਵੀਡੀਓ ਪਈ ਹੈ ਤੇਰੇ ਕੋਲੇ, ਉੱਥੇ ਦੇਖ ਲੈ ਅੱਜ ਵਾਲੀ ਵੀਡੀਓ ਪਈ ਹੈ ਜਿਹੜਾ ਇਹਦੇ ਸੋਨਾ ਨੀ ਪਾਇਆ ਹੋਇਆ, ਪਈ ਹੈ ਮੇਰੇ ਕੋਲ ਫੋਨ ਚ ਪਈ ਹੈ ਜੀ। ਠੀਕ ਹੈ ਠੀਕ ਹੈ ਠੀਕ ਹੈ, ਹਾਂਜੀ।